ਮੌਸਮ ਇੱਥੇ ਦਾ ਓਏ ਹੋਏ ਹੋਏ ਲੱਦ ਕੇ ਤੇ ਤੁਰਦੇ ਬਣਨਾ। ਸ਼ੁਕਰ ਕਰੋ ਮੇਰੇ ਕੋਲ ਸੈਮਸੰਗ ਨਹੀਂ ਹੈ, ਨਹੀਂ ਤਾਂ ਮੈਂ ਬਿਲਡਿੰਗ ਦੇ ਪਤਾ ਨਹੀਂ ਸਹੀ ਆ ਕਿ ਨਹੀਂ ਬੈਠਾ ਯਾਰ। ਉਦੋਂ ਦਾ ਰੈੱਡ ਲਾਈਟ ਚੱਲਿਆ ਤਾਂ ਵੇਟ ਕਰਾਉਣਾ ਹੈ ਚਾਹੀਦਾ। ਪਤਾ ਨਹੀਂ ਮੈਂ ਕਿਹੜੇ ਲੋ ਬ੍ਰਿਜ ਨਾ ਮਿਲੇ ਐਟਮਾ ਇੱਥੇ ਵੀ ਅਗਰੀ ਉਹਦੇ ਕੀ ਕਰੀ ਜਾਂਦਾ। ਇੱਥੇ ਤਾਂ ਆਪਣਾ ਸਰੀ ਤੋਂ ਵੀ ਬੁਰਾ ਪਰ ਇਹ ਟ੍ਰੈਫਿਕ ਬਹੁਤ ਆ ਇੱਥੇ ਲੱਗਿਆ ਆਇਆ ਇੰਨੇ ਦੇਰ ਤੇ ਵੀ ਐਸੀ ਤੈਸੀ। ਦੇਖੋ ਕਿੰਨੀ ਗਾਟਰ ਬਣਾਈ ਯੂਸ ਟਾਇਰ ਪਾਇਆ ਮਤਲਬ ਜਦਾ ਪਿਆ ਮੇਰਾ ਮੂਵ ਕਰ ਲਿਆ ਤੇ ਡਾਊਨਟਾਊਨ ਵੀ ਸਾਫ ਸਕੇਲ ਨਹੀਂ ਮਿਲ ਰਿਹਾ। ਹੁਣ ਮੈਨੂੰ ਇੱਕ ਸਕੇਲ ਆ ਗਿਆ 12-200 ਤੱਕ ਨਿਗਾਹ ਜਾ ਰਹੀ ਹੋਈ ਯਾਰ ਕੋਈ ਫੇਰ ਟ੍ਰੈਫਿਕ ਲੱਗ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ। ਆਪਾਂ ਉੱਠ ਚੁੱਕੇ ਹਾਂ ਤੇ ਚੈੱਕ ਇਨ ਕਰ ਲਿਆ ਆ, ਅੰਦਰ ਆ ਕੇ ਬਹਿ ਗਏ ਆ ਇੱਥੇ ਜਿੱਥੇ ਮਤਲਬ ਬਿਠਾਤਾ ਉਹਨਾਂ ਨੂੰ, ਨਾ ਕੋਈ ਦੱਸਿਆ ਕਿੱਦਾਂ ਕਰਨੀ ਕਿੱਦਾਂ ਨਹੀਂ। ਇੱਕ ਦੋ ਟਰੱਕ ਹੋਰ ਮੂਹਰੇ ਹੈਗੇ ਆ, ਤਿੰਨ ਉਹਨਾਂ ਨੂੰ ਵੀ ਦੱਸਿਆ ਇਹ ਸਾਰੇ ਪਾਰਕਿੰਗ ਲੋ ਆਤੇ ਆ ਦੇਖਦੇ ਆ ਡੋਕਾ ਸਾਹਮਣੇ ਹੀ ਆ ਦੇਖੋ। ਤੇ ਮੌਸਮ ਇੱਥੇ ਦਾ ਓਏ ਹੋਏ ਹੋਏ ਮੈਂ ਆ ਟੀ ਸ਼ਰਟ ਕਿਉਂ ਪਾਲੀ ਪੁਰਾਣੀ, ਮੈਂ ਗਿੱਲਾ ਹੋ ਗਿਆ ਮਤਲਬ ਚੈਕਿੰਗ ਕਰਨ ਗਿਆ ਮੈਂ ਸਾਰੀ ਟੀ ਸ਼ਰਟ ਭੇਜ ਰਹੀ ਅਤੇ ਮੁੜ ਕੇ ਮੈਂ ਕਿਹਾ ਚੱਲ ਆਹ ਪਾ ਲੈਂਦਾ ਫਿਰ ਨਹਾਉਣ ਵੇਲੇ ਚੇਂਜ ਕਰ ਲਊਂਗਾ ਨਵੀਂ ਪਾ ਲਾਂਗੇ। ਬੈਠਾ ਆ ਮੀਂਹ ਅਤੇ ਕਿਤੇ ਇੱਥੇ ਮੀਂਹ ਪਿਆ ਹੋਏ 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 ਪੂਰਾ ਗਾਹ ਪਿਆ ਪਿਆ ਆ ਸਾਰਾ ਗਿੱਲਾ ਆ ਦੇਖ ਲਓ ਅਜੇ ਵੀ ਪੈ ਰਿਹਾ ਆ ਸਾਰੇ ਇੱਦਾਂ ਦਾ ਹੀ ਹਾਲ ਆ। ਵਧੀਆ ਆ ਨਜ਼ਾਰਾ ਆ, ਹੁਣ ਤਾਂ ਨੀਂਦ ਵੀ ਨਹੀਂ ਆਈ, ਨੀਂਦ ਖੁੱਲ ਗਈ ਯਾਰ। ਚਲੋ ਹੁਣ ਬਹਿੰਦੇ ਹਾਂ ਆਰਾਮ ਨਾਲ ਕੁਛ ਨਾ ਕੁਛ ਦੇਖਦੇ ਹਾਂ। ਆਓ ਫਿਰ ਹੋਰ ਕਰਨਾ ਤਾਂ ਏ ਸੀ ਲਾਉਂਦਾ ਠੰਡ ਲੱਗਦੀ ਹੈ ਜੇ ਹੀਟ ਲਾਉਂਦਾ ਗਰਮੀ ਲੱਗਦੀ ਆ। ਚਲੋ ਫਿਰ ਦੇਖਦੇ ਹਾਂ ਅੱਜ ਦਿਨ ਕਿੱਦਾਂ ਕਿੱਦਾਂ ਦਾ ਜਾਂਦਾ, ਤੁਹਾਨੂੰ ਸਾਰਾ ਕੁਝ ਦਿੰਦੇ ਹਾਂ ਅਪਡੇਟ। ਪਤਾ ਨਹੀਂ ਵਧੀਆ ਜਾਊ ਮਾੜਾ ਜਾਊ, ਬਾਬਾ ਮੇਹਰ ਰੱਖੇ ਬਸ। ਯਾਰ ਮੀਂਹ ਇੰਨਾ ਪੈ ਰਿਹਾ ਨਾ ਮੈਂ ਸਾਰਾ ਗਿੱਲਾ ਹੋ ਗਿਆ, ਸਿਰ ਸੁਰ ਗਿੱਲਾ ਹੋਇਆ, ਕੱਪੜੇ ਵੀ ਆ ਵੀ ਗਿੱਲੇ ਹੋ ਗਏ। ਮੈਂ ਹੱਥੋਂ ਟਾਵਲ ਉੱਤੇ ਲੈ ਕੇ ਗਿਆ ਜਿੱਦਾਂ ਆਪਾਂ ਪਿੰਡਾਂ 'ਚ ਨਹੀਂ ਜਾਈਦਾ ਹੁੰਦਾ ਸੀਗਾ। ਡੋਗ ਮਿਲ ਗਈ ਆਪਾਂ ਨੂੰ ਸਵੇਰ ਸਵੇਰੇ ਆਉਣ ਦਾ ਨਾ ਆਹੀ ਫਾਇਦਾ ਆ, ਸਵੇਰ ਸਵੇਰੇ ਡੋਗ ਵੀ ਮਿਲ ਜਾਂਦੀ ਸਾਨੂੰ, ਸਾਰਾ ਕੁਛ ਹੋ ਜਾਂਦਾ ਆ। ਹੁਣ ਅਸੀਂ ਪਹਿਲੇ ਨੰਬਰ 'ਤੇ ਆਏ ਹਾਂ ਨਾ, ਮੇਰਾ ਚੌਥਾ ਨੰਬਰ ਆ ਬਾਈ ਜਿਹੜਾ ਸੰਚੂਰੀਅਨ ਵਾਲਾ ਆ ਮੇਰੇ ਨਾਲ ਖੜਾ, ਮੈਂ ਟਾਵਲ ਹੋਏ ਨੇ ਅਤੇ ਉਹਦਾ ਪਹਿਲਾ ਨੰਬਰ ਸੀ, ਦੋ ਟਰੱਕ ਉੱਥੇ ਹੋਰ ਖੜੇ ਉਹਨਾਂ ਦਾ ਦੂਜਾ ਨੰਬਰ ਸੀਗਾ ਅਤੇ ਉਹਨਾਂ ਨੂੰ ਨਹੀਂ ਦਿੱਤੀ, ਉਹ ਅਜੇ ਲਾਈ ਨਹੀਂ ਉਹਨਾਂ ਨੇ, ਸਾਨੂੰ ਦੇ ਦਿੱਤੀ ਡੋਗ ਅਤੇ ਅਸੀਂ ਲਾ ਕੇ ਬਹਿ ਗਏ ਹਾਂ ਲੱਦ ਕੇ ਅਤੇ ਤੁਰਦੇ ਬਣਨਾ ਇੱਥੋਂ ਨਜ਼ਾਰੇ ਨਾਲ। ਚਲੋ ਫਿਰ ਵੀਡੀਓ ਐਡੀਟਿੰਗ ਕਰੀਏ, ਉੱਥੇ ਨੈੱਟ ਦੀ ਸਪੀਡ ਦੇਖੋ ਹੁੰਦੀ 14 ਮਿੰਟ 'ਚ ਵੀਡੀਓ ਅਪਲੋਡ ਹੋ ਜਾਣੀ ਆ ਮੈਂ ਜਿਹੜੀ ਸ਼ਾਮ ਨੂੰ ਪਾਉਣੀ ਆ। ਹੁਣ ਦੇਖ ਬੈਕ ਟੂ ਬੈਕ ਆਉਣੀ ਆ ਵੀਡੀਓ, ਮੈਂ ਥੋੜ੍ਹਾ ਜਿਹਾ ਹੋ ਗਿਆ ਸਹੀ, ਹੁਣ ਨਹੀਂ ਟੈਨਸ਼ਨ ਕੋਈ ਵੀ। ਚਲੋ ਫਿਰ ਯਾਰ ਮੈਂ ਨਾ ਵਾਈਪਰ ਬਦਲਣੀ ਪਰ ਮੀਂਹ ਬਹੁਤ ਪੈ ਰਿਹਾ ਕਿਹੜਾ ਬਾਹਰ ਨਿਕਲੇ। ਚਲੋ ਫਿਰ ਵੀਡੀਓ ਐਡੀਟਿੰਗ ਕਰ ਲਵਾਂ ਥੋੜ੍ਹੀ ਜਿਹੀ ਰਹਿੰਦੀ ਆ ਕੱਲ੍ਹ ਵਾਲੀ, ਕੱਲ੍ਹ ਦੇ ਲਈ ਅਤੇ ਕਰਕੇ ਫਿਰ ਆਪਾਂ ਸਾਰਾ ਗਿੱਲਾ ਆਇਆ ਯਾਰ, ਮੈਨੂੰ ਬੜਾ ਖਿੱਚੀ ਚੜ ਰਹੀ ਆ, ਥੋੜ੍ਹਾ ਜਿਹਾ ਦਿਨ ਚੜਿਆ ਦੇਖੋ ਮੈਨੂੰ ਕੀ ਦਿਖਿਆ। ਓ ਮਾਈ ਗੋਡ, ਇਹਨੂੰ ਕਹਿੰਦੇ ਆ ਇੰਪਾਇਰ ਸਟੇਟ ਬਿਲਡਿੰਗ, ਹੁਣ ਹੀ ਦੇਖ ਕੇ ਹਟਿਆ ਜਿਹੜੀ ਆ ਉੱਪਰਲੀ ਆ ਸਭ ਤੋਂ, ਤਿੰਨ ਬਿਲਡਿੰਗਾਂ ਆ ਇੱਦਾਂ ਉਹਨਾਂ ਦੇ ਕੁਛ ਨਾਮ ਆ, ਮੈਂ ਹੁਣ ਹੀ ਦੇਖ ਕੇ ਹਟਿਆ, ਬਹੁਤ ਸੋਹਣੀ ਕਿੰਨੀ ਆ ਯਾਰ। ਓਏ ਹੋਏ ਬੱਦਲ ਕਲੀਅਰ ਹੋ ਰਹੇ ਆ, ਸ਼ੁਕਰ ਕਰੋ ਮੇਰੇ ਕੋਲ ਸੈਮਸੰਗ ਨਹੀਂ ਹੈ, ਨਹੀਂ ਤਾਂ ਮੈਂ ਬਿਲਡਿੰਗ ਦੇ ਅੰਦਰ ਵੀ ਦੇਖ ਲੈਣਾ ਸੀਗਾ। ਪਤਾ ਨਹੀਂ ਸਹੀ ਆ ਕਿ ਨਹੀਂ, ਆਹ ਲਿਖ ਕੇ ਆ ਰਿਹਾ ਆ ਵਨ ਵਰਲਡ ਟ੍ਰੇਡ ਸੈਂਟਰ, ਆ ਫਰੀਡਮ ਟਾਵਰ ਇਹਨੂੰ ਕਹਿੰਦੇ, ਪਹਿਲਾਂ ਮੈਂ ਕੁਛ ਹੋਰ ਕਿਹਾ ਹੈ ਨਾ। 1776 ਫਿੱਟ ਆ, 546 ਮੀਟਰ ਆ, ਡੈਕਲਰੇਸ਼ਨ ਇੰਡੀਪੈਂਡੈਂਸ ਵਾਸ ਸਾਈਨ ਆ ਜਿਹੜੀ ਬਿਲਡਿੰਗ ਹੈ ਸਾਈਨ ਹੋਈ ਸੀ, ਸੋਹਣੀ ਲੱਗਦੀ ਪਈ ਆ, ਇਹੀ ਆ ਸਭ ਤੋਂ ਉੱਚੀ, ਹੋਰ ਤਾਂ ਇਹਦੇ ਆਲੇ ਦੁਆਲੇ ਕੋਈ ਉੱਚੀ ਨਹੀਂ, ਆਹ ਵੀ ਛੋਟੀ ਆ, ਆਹ ਵੀ ਛੋਟੀ ਆ, ਆਹ ਸਭ ਤੋਂ ਉੱਚੀ ਆ। ਬੈਠਾ ਯਾਰ ਉਦੋਂ ਦਾ ਰੈੱਡ ਲਾਈਟ ਹੀ ਆਈ ਜਾਂਦੀ ਆ, ਉਹ ਤੁਸੀਂ ਦੇਖ ਸਕਦੇ ਹੋ ਵਿੱਚ, ਪਤਾ ਨਹੀਂ ਪਹਿਲਾਂ ਇੰਨੀ ਤੇਜ਼ ਤੇਜ਼ ਲੋਡ ਲੱਦਿਆ, ਮੁੜ ਕੇ ਖਰੇ ਇੱਕ ਅੱਧਾ ਪੈਲਟ ਰਹਿ ਗਿਆ ਆ ਲੱਦਣ ਵਾਲਾ, ਮੈਂ ਪੁੱਛ ਕੇ ਆ, ਮੈਂ ਕਿਹਾ ਯਾਰ ਕੀ, ਮੈਂ ਕਿਤੇ ਭੁੱਲ ਤਾਂ ਨਹੀਂ ਕਿ ਗ੍ਰੀਨ ਲਾਈਟ ਕਰਨੀ, ਕਹਿੰਦਾ ਨਹੀਂ ਅਜੇ ਪਿਆ ਆ ਇੱਕ ਪੈਲਟ ਪਿਆ, ਉਹਨੂੰ ਟਾਈਮ ਲੱਗਣਾ, ਪਤਾ ਨਹੀਂ ਉਹਦੇ ਚੱਕਰ 'ਚ ਇੱਕ ਘੰਟਾ ਪੈ ਹੋ ਗਿਆ ਮੈਨੂੰ, ਨਾਲ ਦਾ ਬਾਈ ਨਿਕਲ ਵੀ ਗਿਆ ਆ, ਉਹਨੇ ਤਾਂ ਇਕੱਠੇ ਜਾਣਾ ਸੀਗਾ, ਉਹ ਵੀ ਸਿੰਗਲ ਚੱਲਦਾ ਹੈ ਜਾਣਾ, ਉਹਨੇ ਵੀ ਸਰੀ ਸੀਗਾ ਕਿਆ ਯਾਰ। ਹੁਣ ਇੱਥੋਂ ਜਾ ਕੇ ਆਪਾਂ ਵੇਟ ਕਰਾਉਣਾ ਆ, ਫਿਰ ਦੇਖਦੇ ਹਾਂ ਇੱਥੋਂ ਤਾਂ ਵਿਹਲੇ ਕਰਨ ਫਿਰ ਹੀ ਜਾਵਾਂਗੇ, ਹੁਣ ਜਦੋਂ ਇੱਥੋਂ ਤੁਰਦੇ ਫਿਰ ਤੁਹਾਨੂੰ ਦੱਸਦੇ ਹਾਂ ਕੀ ਸੀਨ ਆ। ਆਪਾਂ ਜਦ ਤੱਕ ਦੇਖੀਏ ਬਾਈ ਦਾ ਬਲੌਗ H2 ਜੱਟ ਦਾ ਜੱਟ ਪ੍ਰਭ ਜੋ ਦਾ, ਪਤਾ ਨਹੀਂ ਸਾਰਿਆਂ ਦਾ ਮੇਰੇ ਦਾ ਕੀ ਵੈਰ ਆ, ਦੇ ਸਾਰਿਆਂ ਨੂੰ ਮਿੱਤਰ ਜਿੰਨੇ ਵੀ ਬਾਅਦ 'ਚ ਆਏ ਸਾਰਿਆਂ ਨੂੰ ਭੇਜਤਾ ਆ ਯਾਰ, ਮੈਨੂੰ ਭੇਜਦੇ ਨਹੀਂ ਪਏ, ਬਿਠਾਇਆ ਇੱਥੇ ਹੀ, ਕੀ ਕਰਾਂ ਮੈਂ। ਕਿੰਨੀ ਖੁਸ਼ੀ ਹੋ ਰਹੀ ਆ, ਗ੍ਰੀਨ ਲਾਈਟ ਮਿਲ ਗਈ,
ਚਲੋ ਵੀ ਆਪਾਂ ਹੁਣ ਉੱਥੇ ਜਾ ਕੇ ਪੇਪਰ ਵਰਕ ਲੈਣਾ ਆ ਉੱਥੇ ਗੱਪੇ ਖੜਾ ਕਰਕੇ ਮੀਂਹ ਫੇਰ ਪੈਣ ਲੱਗ ਪਿਆ ਆ ਆਪਾਂ ਹੁਣ ਇੱਥੋਂ ਜਾ ਕੇ ਆਪਾਂ ਇੱਥੋਂ ਵਿਹਲੇ ਹੋ ਗਏ ਅਤੇ ਪਹਿਲਾਂ ਤਾਂ ਵੇਟ ਕਰਾਉਣਾ ਆ ਬਾਕੀ ਕੰਮ ਸਾਰੇ ਬਾਅਦ 'ਚ ਭਾਵੇਂ ਵੇਟ ਸਹੀ ਵੀ ਹੋਵੇ ਤਾਂ ਰਿਸਕ ਨਹੀਂ ਲੈਣਾ ਕਿਉਂਕਿ ਰੀਫਰ ਤਾਂ ਮੇਰੇ ਨਾਲ ਇੱਕ ਵਾਰੀ ਹੋਈ ਜਾਊਗਾ ਸੋ ਆਪਾਂ ਦੁਬਾਰਾ ਨਹੀਂ ਆ ਪੰਗਾ ਲੈਣਾ ਚਲੋ ਫਿਰ ਆਪਣਾ ਪੇਪਰ ਵਰਕ ਚੱਕਾਂ ਡੋਰ ਡੋਰ ਕਲੋਜ਼ ਕਰੀਏ ਚਾਹੀਦਾ ਪਤਾ ਨਹੀਂ ਮੈਂ ਕਿਹੜੇ ਰਾਹਾਂ 'ਤੇ ਤੁਰਿਆ ਆ ਲਾਇਆ ਮੈਂ ਟਰੱਕ ਮੈਂ ਪਾਉਂਦਾ चक्कर की पै गया मेरे ना ट्रेलर का टायर फट गया पता ही नहीं की चल रहा था ट्रेलर का टायर फट गया निकलिया हजे अंदरों निकलते टायर का पटाका पिया बहुत जोर ना पाट गया उत्थे जो तुम गया मैं तुरन लगा जो ग्रीन लाइट मिली आ मैं हूँ गल की है किसी नाल कहिंदा आ जा हैगा मेरे को टायर हूँ मैं उत्थे जा रहा हाँ यार रोड चैक करो मेरे फोन की ना उत्तों बैटरी बहुत थोड़ी है मैं रीला देखता रहा मेरी फोन की बैटरी डेड हो गई इन्ने खतरनाक राह है ना इन्ने ज्यादा ओ शिट यार यार काट ला बस लो ब्रिज ना मिले बाकी कोई टेंशन नहीं अपन आ ट्रक रूट ही है वैसे न्यूयॉर्क भी घुमाता गब्बे ओहो ये पता नहीं केड़ी सिटी है देख के दस दिना मैं जर्सी सिटी है जर्सी सिटी लिखा आ रहा है खतरनाक जी है यार सच्ची दसा तुहानू न्यू जंक्शन लीकर लीकर तो साडा परहेज है फॉर सम वाइल ਮੈਨੂੰ ਕਾਹਦਾ ਹੋਰ ਨਹੀਂ ਲੋ ਵੀ ਕਰੋ ਚੈੱਕ ਕੱਢ ਲਾ ਕੱਢ ਲਾ ਕੱਢ ਲਾ ਜਲਦੀ ਮੈਂ ਸਾਈਡ ਵੀ ਨਹੀਂ ਦਿੱਤੀ ਆਪ ਹੀ ਮਾਰ ਕੇ ਵਿੱਚ ਹੱਥ ਦੌੜਤਾ ਮੈਨੂੰ ਲੋ ਵੀ ਆਪਾਂ ਗਲੀਆਂ ਮਤਲਬ ਸਟਰੀਟਾਂ ਦਾ ਵੀ ਹਿਸਾਬ ਜਿਹਾ ਲੈ ਲਿਆ ਅੱਜ ਅੰਦਰ ਆ ਕੇ ਚਲੋ ਹੁਣ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਦਾ ਕਿਉਂਕਿ ਮੇਰਾ ਫੋਨ ਬੰਦ ਹੋ ਜਾਣਾ ਫੋਨ ਦੀ ਲੋੜ ਆ ਮੈਨੂੰ ਐਟਮਾ ਇੱਥੇ ਵੀ ਆ ਗ੍ਰੀਨ ਲਾਈਟ ਤੇ ਹੀ ਲੈ ਗਿਆ ਕੱਢ ਕੇ मेनू अगे यूटर्न मार के आनी पैनी घूम के पर हैगी ट्रक रूट ते ही अंदर सिटी भी दिखाती इस सीन करके मैं लिटरली हजे ना गेयर पा के उधर गब्बे खड़ा गड्डी जाता तू लंघा पता नहीं दीदा कि नहीं वो देखो फड़िया वॉकर गड्डी वालू आ गया शे दसिया ना तुम इत बहुत ज्यादा वो रेंगे क्रैक हेड्स ओदे की करी जाना छप्पा भी मतलब वो मंगता पैसे मंगता पाया यार इतने तो अपना सरी तो भी बुरा हाल है देखियो कि रोड ती तुरे फिर दे यार मैं नहीं देखना दे यार ये तो डर लगता इन्हों तो सीधी गल इन्हों का कुछ नहीं पता यार दिमाग दमूग हिले हो इन्होंने चल आ भी नवा एक्सपीरियंस हो गया थानू भी कराते तेरी मां नू आंटी अखा अखा मेरी ब्रेक नहीं लगनी यार आ ब्लॉग सच्ची है ना मतलब बहुत ही ज्यादा वो हो गया मतलब इधर ना वाइल्ड ही हो गया है ओए होए अच्छा गड्डी तो हो रही है मेरी पिछले ट्रेलर दी ब्रेकें बड़ी चलो मैं शॉप ते जान ली भी यूटर्न मारना पर यूटर्न वधिया बनाया इतों घूम के आप साउथ नॉर्थ तो आ रहे साउथ नू फिर चल जाना ब्रिज दिखाना हाँ ब्रिज चेक करो कि उच्चा है मैं फोन टेढ़ा मेढा जहा लाया पर यार ट्रैफिक बहुत है इतने सच्ची बहुत तगड़ा ट्रैफिक है हर टाइम
ਮੈਂ ਸਿਰਫ 4 ਮਾਈਲਾਂ ਆਇਆ ਤੇ 4 ਮਾਈਲ ਮੈਂ ਅਰਾਊਂਡ 25 ਮਿੰਟ ਹੀ ਕੱਢੀਆਂ ਆ ਦੇਖੋ ਕਿੰਨੀ ਗਾਡਰ ਬਣਾਈ ਆ ਪਹੁੰਚ ਗਏ ਆਪਾਂ ਟਰੱਕ ਲਾਤਾ ਟੇਡਾ ਜਿਹਾ ਕਰਕੇ ਟਾਇਰ ਤੁਹਾਨੂੰ ਦਿਖਾਉਂਦਾ ਕਿਹੜਾ ਫਟਿਆ ਆ ਆਹ ਵਾਲਾ ਫਟ ਗਿਆ ਇੱਥੋਂ ਚੱਲ ਕੇ ਆਇਆ ਇੰਨੇ ਦੇਰ ਤੇ ਵੀ ਐਸੀ ਤੈਸੀ ਬਣ ਗਈ ਆ ਲੋ ਜੀ ਫਾਈਨਲੀ ਆਪਣਾ ਟਾਇਰ ਪੈ ਗਿਆ ਆ ਆਪਣੇ ਲੱਗੇ ਇੱਥੇ ਯੂਜ ਟਾਇਰ ਪਾਇਆ ਮਤਲਬ ਟ੍ਰੇਲਰ ਯੂਜ ਦੀ ਪਵਾਉਂਦੇ ਨੇ $145 ਲੱਗੇ ਆ ਲੇਬਰ 120 ਦਾ ਟਾਇਰ ਆਇਆ $25 ਦੀ ਲੇਬਰ ਸਹੀ ਲਾਇਆ ਸਰਦਾਰ ਅੰਕਲ ਸੀਗੇ ਆਪਣੇ ਪੰਜਾਬੀ ਸੀਗੇ ਜਲੰਧਰ ਤੋਂ ਹੀ ਤੇ ਵਧੀਆ ਕਰਤਾ ਯਾਰ ਉਹਨਾਂ ਨੇ ਜਲਦੀ ਕਰਤਾ ਕੰਮ ਤੇ ਹੁਣ ਆਪਾਂ ਇੱਥੋਂ ਤੁਰ ਪਏ ਹਾਂ ਰਸ਼ ਨਿਊਯਾਰਕ ਦੇ ਰਸ਼ ਦੇ ਟ੍ਰੈਫਿਕ ਦੇ ਵਿੱਚ ਆਪਾਂ ਨਿਕਲਣ ਵਾਲੇ ਹਾਂ ਹੁਣ 280 ਦੇ ਜਾਣਾ ਫਿਰ ਆਪਾਂ 80 ਲੈ ਲੈਣਾ ਫਿਰ ਆਪਾਂ ਟ੍ਰੈਫਿਕ 'ਚੋਂ ਬਾਹਰ ਨਿਕਲ ਜਾਣਾ ਪਹਿਲਾਂ ਲੈਣਾ ਸ਼ਾਵਰ ਇੱਥੇ ਜਿਹੜਾ ਇੱਕ ਚੱਕਰ ਬਹੁਤ ਵੱਡਾ ਯਾਰ ਇੰਨਾ ਜ਼ਿਆਦਾ ਹੁੰਮ ਆ ਨਾ ਇੱਥੇ ਮਤਲਬ ਹੁੰਮ ਆਪਣੇ ਸਰੀ ਵੀ ਹੈ ਇੱਥੇ ਕੁਝ ਜ਼ਿਆਦਾ ਹੀ ਆ ਇੱਥੇ ਗੰਦੇ ਵਾਲਾ ਆ ਸਕੇਲ ਮਿਲੀ ਨਹੀਂ ਉੱਥੇ ਸ਼ੋਅ ਕਰਦਾ ਸੀ ਕਿ ਔਨਲਾਈਨ ਇੱਥੇ ਸਕੇਲ ਆ ਸਕੇਲ ਹੈ ਹੀ ਨਹੀਂ ਸੀਗੀ ਉੱਥੇ ਸੋ ਆਪਾਂ ਤੁਰ ਪਏ ਹਾਂ ਇੱਦਾਂ ਹੀ ਟਾਇਰ ਲੱਗਦਾ ਪਿਆ ਮੇਰਾ ਸਾਈਡ ਦੇ ਦਿਓ ਮੇਰਾ ਟਾਇਰ ਭਿੜ ਗਿਆ ਬਾਈ ਲੋਕੀ ਸਾਈਡ ਦੇ ਨਾ ਭੈਣ ਖੁਸ਼ ਹੀ ਨਹੀਂ ਆ ਯਾਰ ਮੇਰਾ ਟਾਇਰ ਚੜ ਗਿਆ ਉਹਦੇ ਤੇ ਇਸੇ ਚੱਕਰ ਨੂੰ ਮੈਂ 2 ਲੇਨਾਂ ਉੱਤੋਂ ਦੱਬ ਰਿਹਾ ਸੀ ਓਕੇ 7 ਵੈਸਟ ਚਲੋ ਫਿਰ ਹੁਣ ਆਪਾਂ ਇੱਥੋਂ ਤੁਰੀਏ ਟੀਏ ਤੋਂ ਤੁਰ ਪਿਆ ਮੈਂ
ਤੁਹਾਨੂੰ ਦਿਖਾਈਏ ਇੱਥੇ ਦਾ ਮੌਸਮ ਦੇਖੋ ਕਿੰਨਾ ਘੈਂਟ ਹੋਇਆ ਆ। ਓਕੇ ਉਹਨਾਂ ਨੂੰ ਸਟਾਪ ਸਾਈਨ ਆ। ਲੋ ਜੀ ਆਪਾਂ ਫੇਰ ਆ ਗਏ I-80 ਤੇ। ਆਪਾਂ 80 ਨਹੀਂ ਛੱਡਣਾ, ਕਲਿਵਲੈਂਡ ਤੱਕ ਇਹਦੇ 'ਤੇ ਹੀ ਜਾਣਾ ਆਪਾਂ ਸਿੱਧਾ ਸਿੱਧਾ। ਮੈਨੂੰ ਬਸ ਉਹਦਾ ਹੀ ਵੇਟ ਦੀ ਟੈਨਸ਼ਨ ਸੀਗੀ, ਹੁਣ ਮੇਰਾ ਵੇਟ ਵੀ ਸੈੱਟ ਆ, ਵੇਟ ਅੰਡਰ ਆ ਆਪਣਾ ਹੈਗਾ ਵੇਟ 70,920। ਸੋ ਟੈਨਸ਼ਨ ਨਹੀਂ ਆ ਕੋਈ, ਐਵਰੀਥਿੰਗ ਇਜ਼ ਅੰਡਰ ਕੰਟਰੋਲ। ਹੁਣ ਆਪਾਂ ਸਿੱਧੇ ਸਿੱਧੇ ਵਾਲਾ, ਮੌਸਮ ਬੜਾ ਘੈਂਟ ਹੋਇਆ ਆ। ਮੈਂ ਯਾਰ ਵਾਈਪਰ ਚੇਂਜ ਕਰਨੇ ਸੀ ਮੇਰਾ ਸਵੇਰੇ, ਮੈਨੂੰ ਲੱਗਾ ਕਿ ਉਹਨਾਂ ਲੱਦ ਦੇਣਾ ਮੈਨੂੰ ਝੱਟ, ਮੈਂ ਵਾਈਪਰ ਚੇਂਜ ਹੀ ਨਹੀਂ ਕੀਤੇ। ਚਲੋ ਕੋਈ ਨਹੀਂ ਹੁਣ ਕਰਾਂਗੇ। ਉਹ ਬ੍ਰਿਜ ਕਿੰਨਾ ਘੈਂਟ ਆ, ਬਹੁਤ ਪੁਰਾਣਾ ਬ੍ਰਿਜ ਲੱਗਦਾ ਮੈਨੂੰ। ਜੱਟਾ ਮੋਰੇ ਲੇਨ ਮੁੱਕ ਜਾਣੀ। ਚਲੋ ਫਿਰ ਹੁਣ ਖਿੱਚੀਏ ਘਰਾਂ ਨੂੰ। ਅੱਜ ਆ ਗਿਆ, ਅੱਜ ਹੋ ਗਿਆ ਸੋਮਵਾਰ। ਸੋਮ ਮੰਗਲ ਬੁੱਧ ਵੀ ਵਿਚਾਰ ਸ਼ਿਫਟਾਂ ਆਪਾਂ ਪੂਰੀਆਂ ਲੱਗਣੀਆਂ ਇੱਥੋਂ, ਐਨ ਠੋਕਵੀਆਂ ਪੂਰਾ ਪੂਰਾ ਜੇ ਚਲਾਵਾਂ। ਅੱਜ ਇੱਥੋਂ ਪਹੁੰਚੂੰਗਾ ਸ਼ਿਕਾਗੋ ਦੇ ਲਾਗੇ, ਸ਼ਿਕਾਗੋ ਤੋਂ ਫਿਰ ਵੈਲੀ ਸਿਟੀ, ਵੈਲੀ ਸਿਟੀ ਤੋਂ ਪਹੁੰਚਾਂਗੇ ਬਿਊਟ, ਬਿਊਟ ਤੋਂ ਆਪਾਂ ਸਰੀ। ਹੁਣ ਦੇਖੋ ਮੌਸਮ ਚੈੱਕ ਕਰੋ, ਹੁਣ ਬੜੇ ਘੈਂਟ ਘੈਂਟ ਹੋਏ ਆ। ਓਏ ਤੂੰ ਫੇਰ ਆਨ ਹੋ ਗਿਆ, ਕੱਲ੍ਹ ਦਾ ਤਾਂ ਹੋਇਆ ਨਹੀਂ ਆਨ, ਪਹਿਲਾਂ ਤਾਂ ਅੱਗੇ ਟੋਲ ਪਲਾਜ਼ਾ ਆ ਰਿਹਾ ਆ। ਮੈਨੂੰ ਲੱਗਦਾ ਕਿ ਸਟੇਟ ਚੇਂਜ ਹੋ ਰਹੀ ਆ, ਆਪਾਂ ਪੈਨਸਿਲਵੇਨੀਆ 'ਚ ਵੜ ਜਾਣਾ ਅੱਗੇ, ਬਾਕੀ ਪਤਾ ਨਹੀਂ। ਹਾਂ ਟੋਲ ਪਲਾਜ਼ਾ ਹੀ ਆ ਰਿਹਾ ਆ। ਬਈ ਟੋਲ ਪਲਾਜ਼ੇ ਬਹੁਤ ਪੈਂਦੇ, ਬਹੁਤ ਸਾਰੇ। ਪੇ ਟੋਲ 2 miles ਈਜ਼ ਐਕਸਪ੍ਰੈਸ ਈਜ਼ਟ ਪਾਸ ਓਨਲੀ, ਆਪਾਂ ਇੱਥੇ ਚੱਲ ਜਾਣਾ। ਉਹ ਲੈਫਟ ਸਾਈਡ 'ਤੇ ਰਿਵਰ ਵੀ ਜਾ ਰਹੀ ਆ, ਇਹਦਾ ਪੂਰਾ ਆਪਣਾ ਮਨਾਲੀ ਵਾਲਾ ਵਿਊ ਆ ਗਿਆ ਓਏ। ਲੱਕੀ ਨਿੰਜਰ ਹੀ ਆ, ਨਿੰਜਰ ਐਂਡ ਲੱਗੋ ਘੈਂਟ
ਸਾਡਾ ਭਾਈ ਪੂਰੀ ਰੌਣਕ ਲਾਈ ਰੱਖਦਾ ਉਹ ਵੀ ਟਿਕਟਾਂ ਉੱਤੇ ਹੌਲੀ ਹੌਲੀ ਚੜ੍ਹਾਈਆਂ ਚੜ੍ਹਦਾ ਜਾ ਰੱਬ ਦਾ ਨਾਂ ਜਪਦਾ ਜਾ ਪਤਾ ਨੀ ਕੀ ਹੋਇਆ ਟ੍ਰੈਫਿਕ ਚੈੱਕ ਕਰੋ ਜਿੱਥੇ ਤੱਕ ਨਿਗਾਹ ਜਾ ਰਹੀ ਉੱਥੇ ਤੱਕ ਕੰਮ ਹੋ ਰਹੇ ਵੀ ਮੀਂਹ ਨੇ ਪੂਰਾ ਜ਼ੋਰ ਦਿੱਤਾ ਆ ਯਾਰ ਕਿਆ ਬਿਊਟੀ ਹੈ ਮੇਰਾ ਗਲੇ ਪੈ ਗਿਆ ਯਾਰ ਪਹਾੜ ਕਿੰਨੇ ਸੋਹਣੇ ਲੱਗਦੇ ਪਿਆ ਦੇਖਿਓ ਥੋੜਾ ਮੀਂਹ ਪੈ ਰਿਹਾ ਵਿੱਚ ਬਟ ਇਟਸ ਗੁੱਡ ਆ ਮੌਸਮ ਵਧੀਆ ਹੋਇਆ ਘੈਂਟ ਵਾਲਾ ਹਾਂ ਹੁਣ ਸਹੀ ਹੈ ਨਾ ਵਾਈਪਰ ਪਾ ਦਿੰਦਾ ਪਾਣੀ ਨਹੀਂ ਛੱਡਣਾ ਜੀ ਇੱਦਾਂ ਵਾਈਪਰਾਂ ਨੇ ਕੋਈ ਨਹੀਂ ਪਾ ਲਾਂਗੇ ਰੋਕ ਕੇ ਉਹ ਅੱਗੇ ਵੈਲੀ ਜੀ ਦੇਖੋ ਕਿੰਨੀ ਘੈਂਟ ਆ ਥੱਲੇ ਵੈਲੀ ਉੱਪਰ ਦਰਖਤ ਦੇਖੋ ਸੋਹਣਾ ਤਾਂ ਬਹੁਤ ਹੈ ਇੱਧਰਲੀ ਸਾਈਡ ਵੀ ਟ੍ਰੈਫਿਕ ਲੱਗ ਗਿਆ ਅੱਗੇ ਮੀਂਹ ਪੈਂਦਾ ਪਿਆ ਆ ਅਜੇ ਤੁਸੀਂ ਦੇਖੋ ਨਾ ਅੱਗੇ ਮੀਂਹ ਪੈ ਰਿਹਾ ਆ ਟਰੱਕ ਦੇ ਉੱਪਰ ਜਾ ਰਹੇ ਹਾਂ ਹੌਲੀ ਹੌਲੀ ਅੱਗੇ ਨੂੰ ਖਤਮ ਕਰਦੇ ਆ ਬਾਏ ਬਾਏ ਮੈਂ ਸ਼ਕਲ ਨੀ ਦਿਖਾਉਣੀ ਆ ਹੁਣ ਅੱਗੇ ਤੋਂ ਲਾਵੇ ਆ ਮੈਂ ਨਹਾ ਨਹੂ ਕੇ ਫਿਰ ਤੁਹਾਨੂੰ ਮਿਲਦਾ ਠੀਕ ਹੈ ਬਾਏ ਬਾਏ ਆਪਾਂ ਹੈਗੇ ਇੰਡੀਆਨਾ 'ਚ ਟਾਈਮ ਹੋ ਗਿਆ ਇੱਥੇ ਸਵੇਰ ਦੇ ਵੱਜ ਗਏ 8:43 ਸਰੀ ਦੇ ਹੋ ਗਏ ਆ 7:43 ਸੋ ਆਪਾਂ ਬਸ ਥੋੜ੍ਹਾ ਜਿਹਾ ਚਲਾਉਣਾ ਥੋੜ੍ਹਾ ਜਿਹਾ ਕਹਿਤਾ ਚਲਾਉਣਾ ਥੋੜ੍ਹਾ ਜਿਹਾ ਅੱਗੇ ਜਾ ਕੇ ਪਿਛਾਵਲ ਸ਼ਿਵਲ ਲੈਂਦੇ ਹਾਂ ਠੀਕ ਹੈ ਬਾਏ ਬਾਏ